ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਅੱਗੇ ਵਧਿਆ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫਾਰਮ ਜਾਰੀ ਹੋ ਚੁੱਕਿਆ ਹੈ, ਜੋ ਕੁਝ ਹੀ ਦਿਨਾਂ 'ਚ ਆਨਲਾਈਨ ਵੀ ਹੋ ਜਾਏਗਾ। ਜਿਸ ਵੀ ਸ਼ਰਧਾਲੂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਨੇ, ਉਹ 20 ਅਕਤੂਬਰ ਤੋਂ ਇਹ ਅਰਜ਼ੀ ਦੇ ਸਕਣਗੇ। ਅਰਜ਼ੀ ਲਈ ਪਾਸਪੋਰਟ ਅਤੇ ਪੈਨ ਕਾਰਡ ਜ਼ਰੂਰੀ ਹੋਏਗਾ ਅਤੇ 1 ਮਹੀਨਾ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪਏਗੀ। ਸੋ ਭਾਰਤ ਸਰਕਾਰ ਵੱਲੋਂ ਜਾਰੀ ਇਹ ਫਾਰਮ SGPC ਅਤੇ DSGMC ਨੂੰ ਦਿੱਤੇ ਜਾ ਚੁੱਕੇ ਨੇ। DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹਨਾਂ ਫਾਰਮ ਬਾਰੇ ਜਾਣਕਾਰੀ ਵੀ ਦਿੱਤੀ। ਹਿੰਦੁਸਤਾਨ ਦੀ ਸਰਕਾਰ ਨੇ ਜਾਰੀ ਕੀਤਾ ਹੈ ਇਹ ਫਾਰਮ। ਭਰਨ ਤੋਂ ਬਾਅਦ ਇਹ ਬਹੁਤ ਜਲਦੀ ਆਨਲਾਈਨ ਵੀ ਹੋ ਜਾਏਗਾ। 20 ਅਕਤੂਬਰ ਤੋਂ ਇਹ ਫਾਰਮ ਭਰੇ ਜਾਣੇ ਸ਼ੁਰੂ ਹੋਣਗੇ ਔਰ ਜਿਹੜੇ ਲੋਕ ਕਰਤਾਰਪੁਰ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਦੀ ਇੱਕ ਵੈਰੀਫਿਕੇਸ਼ਨ ਹੋਊਗੀ। ਵੀਜ਼ੇ ਦੀ ਕੋਈ ਜ਼ਰੂਰਤ ਨਹੀਂ ਹੈਗੀ, ਇਹ ਫਾਰਮ ਦੀ ਫਾਰਮ ਔਰ ਜਿਹੜਾ ਭਰ ਕੇ ਔਰ ਇਹਦੀ ਵੈਰੀਫਿਕੇਸ਼ਨ ਤੋਂ ਬਾਅਦ ਲਗਭਗ 20 ਤੋਂ 22 ਦਿਨ ਦਾ ਮੇਰੇ ਖਿਆਲ ਪ੍ਰੋਸੈਸ ਇਹਨਾਂ ਨੇ ਰੱਖਿਆ, ਅਤੇ 30 ਦਿਨ ਕਹਿ ਰਹੇ ਨੇ, ਲੇਕਿਨ ਐਗਜੈਕਟ ਅਜੇ ਤੱਕ ਨੰਬਰ ਮੈਨੂੰ ਨਹੀਂ ਪਤਾ। ਇਸ ਤੋਂ ਬਾਅਦ ਹਰੇਕ ਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਗਈ ਹੈ, ਤੁਸੀਂ ਜਾ ਸਕਦੇ ਜੀ। ਉਹ ਡੇਟ ਸਭ ਨੂੰ ਤੈਅ ਕੀਤੀ ਜਾਊਗੀ, ਜਿਸਨੇ ਜਿਹੜੀ ਡੇਟ ਨੂੰ ਜਾਣਾ ਹੈ ਇਹ ਤੈਅ ਕੀਤਾ ਜਾਊਗਾ ਆਨਲਾਈਨ ਔਰ ਉਸ ਤਰੀਕ ਨੂੰ ਉਹ ਜਾ ਸਕਦਾ। ਇਹਦੇ ਵਾਸਤੇ ਜੋ ਫੀਸ ਆ ਜਿਹੜੀ ਅੱਜ ਤੱਕ $20 ਉਹ ਕਹਿ ਰਹੇ ਨੇ, ਭਾਰਤ ਸਰਕਾਰ ਮਨਾ ਕਰ ਰਹੀ ਹੈ, ਅਸੀਂ ਵੀ ਕਹਿਣਾ ਚਾਹੁੰਦੇ ਕਿ ਉਹ ਨਾ ਲੈਣੇ ਫੀਸ, ਲੇਕਿਨ ਜੋ ਵੀ ਤੈਅ ਹੋਊਗਾ ਉਹ ਪੈਸੇ ਦੇਣੇ ਹੋਣਗੇ, ਲੇਕਿਨ ਵੀਜ਼ੇ ਦੀ ਜ਼ਰੂਰਤ ਨਹੀਂ ਹੋਊਗੀ। ਇਹ ਫਾਰਮ ਦੀ ਵੈਰੀਫਿਕੇਸ਼ਨ ਤੋਂ ਬਾਅਦ ਇਹ ਭਾਰਤ ਸਰਕਾਰ ਵੱਲੋਂ ਉਹਨੂੰ ਅਲਾਓ ਕੀਤਾ ਜਾਊਗਾ ਔਰ ਉਹ ਦਰਸ਼ਨਾਂ ਵਾਸਤੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਸਕਣਗੇ। ਜੇਕਰ ਹੁਣ ਦਿੱਲੀ ਦੀ ਗੱਲ ਕੀਤੀ ਜਾਏ ਤਾਂ ਦਿੱਲੀ 'ਚ ਰਹਿੰਦੇ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਜੇਕਰ ਦਿੱਲੀ 'ਚ ਰਹਿੰਦਾ ਕੋਈ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਤਾਂ ਉਸ ਨੂੰ ਦਰਸ਼ਨਾਂ ਲਈ ਹੋਣ ਵਾਲੇ ਖਰਚ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ 'ਚ ਰਹਿੰਦੇ ਸ਼ਰਧਾਲੂਆਂ ਦਾ ਸਾਰਾ ਖਰਚ ਆਪ ਕਰੇਗੀ ਅਤੇ ਇਸ ਦੇ ਨਾਲ ਪਾਕਿਸਤਾਨ ਵੱਲੋਂ ਰੱਖੀ ਗਈ $20 ਫੀਸ ਵੀ ਖੁਦ ਭਰੇਗੀ। ਇਸ ਦੀ ਜਾਣਕਾਰੀ ਜਰਨੈਲ ਸਿੰਘ ਵੱਲੋਂ ਦਿੱਤੀ ਗਈ ਹੈ। ਸਰਕਾਰ ਨੇ ਸਿਧਾਂਤਿਕ ਤੌਰ 'ਤੇ ਇੱਕ ਮੀਟਿੰਗ ਬੁਲਾਈ ਸੀ ਜਿਹਦੇ ਚਰਚਾ ਕੀਤੀ ਗਈ 550 ਸਾਲਾਂ ਮਨਾਉਣ ਵਾਸਤੇ, ਅਤੇ ਉਹਦੇ ਵਿੱਚ ਇਹ ਤੈਅ ਹੋਇਆ ਕਿ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਤੋਂ ਹੋ ਕੇ ਸੰਗਤਾਂ ਨੇ ਜਾਣਾ ਦਿੱਲੀ ਤੋਂ, ਉਹਨਾਂ ਦੀ ਆਨਲਾਈਨ ਬੁਕਿੰਗ ਤੋਂ ਲੈ ਕੇ ਉਹਨਾਂ ਦੇ ਰਹਿਣ ਠਹਿਣ ਅਤੇ ਉਹਨਾਂ ਦੇ ਜਾਣ ਦਾ ਅਤੇ ਉਹਨਾਂ ਦੇ ਉੱਥੇ $20 ਜਿਹੜਾ ਖਰਚਾ ਪਾਕਿਸਤਾਨ ਸਰਕਾਰ ਮੰਗ ਰਹੀ, ਉਹ ਸਾਰਾ ਕੁਝ ਦਿੱਲੀ ਸਰਕਾਰ ਬੇਅਰ ਕਰਨ ਨੂੰ ਤਿਆਰ ਹੈ। ਉਹਦੇ ਵਾਸਤੇ ਅਫਸਰਾਂ ਨੂੰ ਕੈਬਨਿਟ ਨੋਟ ਬਣਾਉਣ ਵਾਸਤੇ ਕਿਹਾ ਅਤੇ ਜਿਹੜਾ ਜਲਦੀ ਕੈਬਨਿਟ ਦੇ ਵਿੱਚ ਆ ਜਾਏਗਾ ਅਤੇ ਉਹਨੂੰ ਪਾਸ ਕੀਤਾ ਜਾਏਗਾ। ਉਹਦੇ ਬਾਅਦ ਫਿਰ ਅਫਸਰ ਮੋਡੈਲਿਟੀਸ ਤੈਅ ਕਰਕੇ ਵੀ ਕਿਸ ਤਰ੍ਹਾਂ ਦੇ ਨਾਲ DMs ਦੀ ਡਿਊਟੀਆਂ ਲਾਣੀਆਂ, ਕਿੱਦਾਂ ਲਾਣੀਆਂ, ਉਹਦੇ ਉੱਤੇ ਫਿਰ ਕੰਮ ਕੀਤਾ ਜਾਏਗਾ। ਕਦੋਂ ਤੱਕ ਲੱਗਦਾ ਇਹ? ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਹੋ ਜਾਣਾ ਚਾਹੀਦਾ, ਕਿਉਂਕਿ ਬਹੁਤਾ ਸਮਾਂ ਨਹੀਂ ਰਹਿ ਗਿਆ।